ਔਰ ਯਾਰ ਕੀ ਹੋ ਗਿਆ ਜੇ ਸਾਡੀ ਕਣਕ ਨਹੀਂ ਵਿਕਦੀ ਸਾਡੇ ਦਾ ਸੱਜਣ ਹੀ ਸਾਨੂੰ ਛੜ ਤੇ ਚੰਦੇ ਨੇ ਸਾਰੇ ਬੇਲੀ ਸੱਜਣ ਸਾਰੇ ਸਲਾਮ ਦਵਾ ਛੱਡੀ ਜਾਂਦੇ ਨੇ ਜੇ ਕਣਕ ਨਹੀਂ ਵਿਕਦੀ ਭਈ ਅਸਲਾਮੁਅਲੈਕੁਮ ਬਿਓਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਦੋਸਤ ਖੈਰੀਅਤ ਨਾਲ ਹੋਵੋਗੇ ਦੋਸਤੋ ਗੰਧਮ ਦਾ ਸੀਦਰਨ ਬਰਪੂਰ ਹੈ ਔਰ ਪੂਰੇ ਜੋਸ਼ੋ ਖਰੋਸ਼ ਨਾਲ ਆਵਾਮ ਲੱਗੀ ਖੜੀਏ ਤੇ ਕਟਾਈ ਜਾਰੀ ਹੈ ਕੁਝ ਟੀਲੇ ਟੀਲੇ ਲੈ ਰਹੇ ਨੇ ਟੀਲੇ ਟੀਲੇ ਫਿਰ ਰਹੇ ਨੇ ਕੁਝ ਤਕੜੇ ਤਕੜੇ ਫਿਰ ਰਹੇ ਨੇ ਅੰਦਰੋਂ ਸਾਰੇ ਟੁੱਟ ਫੂਟ ਦਾ ਸ਼ਿਕਾਰ ਨੇ ਦੋਸਤੋ ਤੁਹਾਨੂੰ ਪਤਾ ਹੈ ਕਿ ਬਰਦਨ ਐਪਲੀਕੇਸ਼ਨ ਦੇ ਮਤਲਬ ਤੁਹਾਨੂੰ ਪਿਛਲੇ ਦਿਨ ਮੈਂ ਦੱਸ ਚੁੱਕਿਆ ਹਾਂ ਬਰਦਨ ਐਪਲੀਕੇਸ਼ਨ ਗਵਰਨਮੈਂਟ ਨੇ ਮਤਾਰਫ਼ ਕਰਵਾਈ ਸੀ ਆਪਣੀ ਜਾਨ ਛਡਾਉਣ ਵਾਸਤੇ ਜਾਂ ਇਦਾਂ ਕਹਿ ਲਓ ਕਿ ਤੁਹਾਡੀ ਸਹੂਲਤ ਵਾਸਤੇ ਜਿਹੜੀ ਕਿ 13 ਤਰੀਕ ਤੋਂ 16 ਤਰੀਕ ਤੱਕ ਪਹਿਲੇ ਕੰਮ ਕਰ ਰਹੀ ਸੀ ਫਿਰ ਦੁਬਾਰਾ ਇੱਕ ਤਰੀਕ ਇੱਕ ਦਿਨ ਵੜਾ ਦਿੱਤਾ ਗਿਆ 13 ਤੋਂ 17 ਤੱਕ ਲੈ ਗਏ 13 ਤਰੀਕ ਦੇ ਵਾਲੇ ਦਿਨ ਉਹਨੇ ਕੰਮ ਕੀਤਾ ਕੁਝ ਲੋਕਾਂ ਦਰਖਾਸਤਾਂ ਭੇਜੀਆਂ ਕੁਝ ਨੂੰ ਜਿਨ੍ਹਾਂ ਦੀਆਂ ਦਰਖਾਸਤਾਂ ਗਈਆਂ ਉਹਨਾਂ ਨੂੰ ਵਾਪਸ ਮੈਸੇਜ ਆ ਗਿਆ ਕਿ ਤੁਹਾਡੀ ਰੈਵਨਿਊ ਰਿਕਾਰਡ ਦੇ ਉੱਤੋਂ ਤੁਹਾਡਾ ਰਿਕਾਰਡ ਜਿਹੜਾ ਆ ਉਹ ਮੈਸੇਜ ਆ ਗਿਆ ਕਈਆਂ ਨੂੰ ਉਹ ਮੈਸੇਜ ਨਹੀਂ ਆਇਆ ਜਿਨ੍ਹਾਂ ਨੂੰ ਮੈਸੇਜ ਨਹੀਂ ਆਇਆ ਉਹ ਦੁਬਾਰਾ ਦਰਖਾਸਤਾਂ ਭੇਜਣ ਵਾਸਤੇ ਵਿਚਾਰੇ ਪਰੇਸ਼ਾਨ ਸੀਗੇ ਤਿਆਰ ਬੈਠੇ ਸੀਗੇ ਜਿਨ੍ਹਾਂ ਨੂੰ ਆ ਗਿਆ ਉਹ ਥੋੜਾ ਥੋੜੇ ਖੁਸ਼ ਵੀ ਸੀਗੇ ਅੱਗੇ ਆ ਗਿਆ ਜੀ 15 ਤਰੀਕ 15 14 ਤਰੀਕ 13 ਤੋਂ 17 ਤੱਕ 14 ਤਰੀਕ ਵਾਲੇ ਦਿਨ ਆ ਗਿਆ ਐਤਵਾਰ ਜਿਹੜਾ ਬੰਦਾ ਅਪਲਾਈ ਕਰਦਾ ਸੀ ਜੀ ਵਰਕਿੰਗ ਡੇ ਨਹੀਂ ਆ 9 ਤੋਂ 4 ਵਜੇ ਤਾਈਂ ਤੁਸੀਂ ਦਰਖਾਸਤ ਦੇ ਸਕਦੇ ਆ ਵਰਕਿੰਗ ਡੇ ਨਹੀਂ ਹੈ ਜੀ ਠੀਕ ਹੋ ਗਿਆ ਜੀ ਅੱਗੇ ਆ ਗਿਆ ਸੋਮਵਾਰ ਅੱਜ ਸੀਗਾ ਸੋਮਵਾਰ ਤੁਸੀਂ ਵੀਡੀਓ ਸ਼ਾਇਦ ਮੇਰੀ ਮੰਗਲ ਵਾਲੇ ਦਿਨ ਦੇਖੋ 15 ਤਰੀਕ ਵਾਲੇ ਦਿਨ ਕੀ ਹੋਇ ਪਹਿਲੇ 7 ਮਿੰਟ ਐਪਲੀਕੇਸ਼ਨ ਚੱਲੀ ਐ ਇੱਕ ਅੱਧੀ ਦਰਖਾਸਤ ਕਿਸੇ ਨੇ ਕਿ ਜੇ ਭੇਜੀਆ ਤੇ ਭੇਜੀਆ ਉਸ ਤੋਂ ਬਾਅਦ ਵਾਰਦਾਨਾਂ ਦੀ ਐਪਲੀਕੇਸ਼ਨ ਜਿਹੜੀ ਆ ਉਹ ਬੈਠ ਗਈ ਕੱਚੇ ਤੇ ਲੱਗ ਗਈ ਤੁਸੀਂ ਇਹ ਕਹਿ ਸਕਦੇ ਆ ਕੱਚੇ ਤੇ ਇੰਜ ਰਹੀ ਪਹਿਲੇ ਥੋੜੀ ਦੇਰ ਲੋਡਿੰਗ ਲੋਡਿੰਗ ਚੱਲਦੀ ਰਹੀ ਉਸ ਤੋਂ ਬਾਅਦ 에ਰਰ ਆ ਗਿਆ ਔਰ ਮੁਕੰਮਲ 4 ਵਜੇ ਤੱਕ 에ਰਰ ਰਹਾ ਔਰ 4 ਵਜੇ ਤੋਂ ਬਾਅਦ ਦੁਬਾਰਾ ਟਾਈਮ ਖਤਮ ਹੋ ਗਿਆ ਦੋਸਤੋ ਇਹ ਹਿਲੇ ਬਹਾਨੇ ਗਵਰਨਮੈਂਟ ਦੇ ਇਹ ਉਹ ਹਿਲੇ ਬਹਾਨੇ ਆ ਜਿਹਦੇ ਨਾਲ ਤੁਹਾਡੇ ਕੋ ਗੰਦਮ ਨਾ ਲੈਣਾ ਮੇਰੀ ਇਨਫਾਰਮੇਸ਼ਨ ਦੇ ਮੁਤਾਬਕ ਜਿਹੜੀ ਇਹਨਾਂ ਨੇ ਬਾਹਰੋਂ ਗੰਦਮ ਤੁਹਾਡੇ ਵਾਸਤੇ ਥੋੜੇ ਕਿਉਂਕਿ ਅਸੀਂ ਤਾਂ ਅੱਛੀ ਪੈਦਾ ਨਹੀਂ ਨਾ ਕਰਦੇ ਇਹਨਾਂ ਨੇ ਅੱਛੇ ਵਾਲੀ ਗੰਧਮ ਜਿਹੜੀ ਸਾਡੇ ਵਾਸਤੇ ਮੰਗਵਾਈ ਆ ਉਹ ਕੰਟੇਨਰ ਤੋਂ ਲਾ ਕੇ ਹਲੇ ਥੱਲੇ ਰੱਖੀ ਹੋਈ ਆ ਜਿਹੜੀ ਕਿ ਹਲੇ ਤੱਕ ਉਹ ਵੀ ਇਹਨਾਂ ਨਹੀਂ ਆਟਾ ਬਣਾ ਕੇ ਵੇਚ ਸਕੇ ਉੱਤੋਂ ਖੈਰ ਨਾਲ ਆਪਣੇ ਕਿਸਾਨਾਂ ਦੀ ਵੀ ਆ ਗਈ ਆ ਹੁਣ ਇਹ ਕਿੱਧਰ ਵੇਚਣੀ ਆ ਕੁਝ ਜਿਹੜੇ ਨੇ ਮਾਸ਼ਾਅੱਲਾ ਪਿਆਰੇ ਮੁਸਲਮਾਨ ਲੀਗ ਦੇ ਮੇਰੇ ਭਰਾ ਮੈਂ ਹੁਣ ਗੁੱਸਾ ਨਾ ਕਰਿਆ ਜੇ ਕੁਝ ਬਹੁਤ ਜ਼ਿਆਦਾ ਮੁਹੱਬਤ ਮੈਂ ਮੈਨੂੰ ਨਫ਼ਰਤ ਨਹੀਂ ਆ ਕਿਸੇ ਪਾਰਟੀ ਨਾਲ ਮੈਨੂੰ ਮੈਂ ਸਿਰਫ ਇਹ ਸੱਤ ਕਰੀ ਰਹਿਣਾ ਹੁੰਦਾ ਕਿ ਮੁਲਖ ਦਾ ਨਿਜ਼ਾਮ ਬਿਹਤਰੀਨ ਸਾਰਿਆਂ ਵਾਸਤੇ ਬਿਹਤਰੀਨ ਬਰਾਬਰ ਜਾਂ ਸੋਹਣਾ ਜਿਹਾ ਚੱਲਣਾ ਚਾਹੀਦਾ। ਉਹਦੇ ਕੁਝ ਲਾਡਲੇ ਕਹੀ ਜਾਂਦੇ ਨੇ ਤੁਹਾਡੀ ਕੰਦਮ ਕਿੱਥੋਂ ਖਰੀਦਣ ਤੁਸੀਂ ਵੇਚਦੇ ਪਏ 4000 ਨੂੰ ਗਵਰਨਮੈਂਟ ਨੂੰ ਬਾਰਡਰ ਦੇ ਉੱਤੇ ਡਿਲੀਵਰੀ ਮਿਲ ਰਹੀ ਹੈ 2600 ਨੂੰ ਤੁਸੀਂ ਕਿਉਂ ਤੁਹਾਨੂੰ 4000 ਗਵਰਨਮੈਂਟ ਕਿਉਂ ਦੇਵੇ ਭਾਈ ਜਾਨ ਉਹ ਇੱਕ ਲੰਮੀ ਸਟੋਰੀ ਹੈ ਜਿੱਥੋਂ 2600 ਨੂੰ ਮਿਲ ਰਹੀ ਹੈ ਨਾ ਉੱਥੋਂ ਗਵਰਨਮੈਂਟ ਨੂੰ ਉਥੇ ਉਹਨਾਂ ਇਲਾਕਿਆਂ ਦੇ ਵਿੱਚ ਬਾਕੀ ਚੀਜ਼ਾਂ ਵੀ ਉਸੇ ਹਿਸਾਬ ਨਾਲ ਹੀ ਉਹਨਾਂ ਨੂੰ ਮਿਲ ਰਹੀਆਂ ਸਸਤੀਆਂ ਮਿਲ ਰਹੀਆਂ ਸਹੂਲਤਾਂ ਵੀ ਉਂਝ ਹੀ ਮਿਲ ਰਹੀਆਂ ਨੇ ਸਾਡੇ ਇਲਾਕੇ ਦੇ ਵਿੱਚ ਮੰਜੀ ਵੀ ਸਾਡੀ ਪੂਰੀ ਠੋਕੀ ਜਾ ਰਹੀ ਹੈ ਦੋਸਤੋ ਗੰਦਮ ਦੀ ਤੁਸਾਂ ਕਟਾਈ ਕਰਨੀ ਆ ਬਹੁਤ ਸਾਰੇ ਦੋਸਤਾਂ ਦੇ ਸਵਾਲ ਸੀ ਕੀ ਕਰੀਏ ਕਿੱਦਾਂ ਕਰੀਏ ਕੈਨੂੰ ਕਰੀਏ ਕੁਝ ਇਲਾਕਿਆਂ 'ਚ ਫਵਾ ਉੱਡੀ ਹੋਈ ਹੈ 3100 3150 3200 ਤੱਕ ਗੰਦਮ ਵਿਕ ਰਹੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਲਦੀ ਕਟਾਈ ਕਰਾਇਆ ਜਲਦੀ ਵੇਚਣ ਦੇ ਚੱਕਰ 'ਚ ਨੇ ਔਰ ਡਰੇ ਹੋਏ ਨੇ ਇਹ ਡਰੇ ਹੋਈ ਆਪਣੀ ਚੀਜ਼ ਛੇਤੀ ਤੋਂ ਛੇਤੀ ਵੇਚੀ ਜਾਂਦੇ ਨੇ ਤੁਸੀਂ ਇਹ ਵੀ ਕਹਿ ਸਕਦੇ ਆ ਵੀ ਡਰੇ ਹੋਏ ਨੇ ਤੇ ਇਹ ਵੀ ਕਹਿ ਸਕਦੇ ਆ ਮਜਬੂਰ ਨੇ ਕਿਉਂਕਿ ਮੱਕੀ ਨੇ ਇਹਨਾਂ ਦੇ ਪੱਲੇ ਕਾਈ ਸ਼ੈ ਨਹੀਂ ਪਾਈ ਤੇ ਕਣਕ ਵੀ ਅੱਗੇ ਪੌਂਦੀ ਨਜ਼ਰ ਨਹੀਂ ਸੀ ਆ ਰਹੀ ਬੰਦੇ ਭੁੱਖ ਮਰਦਿਆਂ ਬੰਦਿਆਂ ਨੇ ਵੇਚੀ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਅੱਲਾਹ ਦੀ ਮਿਹਰਬਾਨੀ ਨਾਲ ਤਿਆਨੂੰ ਫਿੱਟ ਕੀਤੀ ਖੜੇ ਨੇ ਔਰ ਇੰਨਾ ਕ ਫਿੱਟ ਕੀਤੀ ਖੜੇ ਨੇ ਨਾ ਬੰਦਿਆਂ ਉੱਤੋਂ ਬੋਲਦੇ ਨੇ ਨਾ ਬੰਦਿਆਂ ਥੱਲੋਂ ਬੋਲਣ ਜਗ੍ਹਾ ਛੱਡੇ ਨੇ ਬੰਦਿਆਂ ਦੀ ਲਾ ਲੜਫੇ ਦਿੱਤੇ ਨੇ ਹਾਂਜੀ ਤੇ ਗੰਧਮ ਦੇ ਬਾਰੇ ਦੋਸਤੋ ਹਾਲ ਦੀ ਘੜੀ ਅੱਛਾ ਹਾਲਤ ਇਹ ਹੈ ਕਿ ਬੰਦਿਆਂ ਦਾ ਦਿਲ ਨਹੀਂ ਕਰਦਾ ਕਟਾਉਣ ਨੂੰ ਜਿਹਦੇ ਵਿੱਚ ਮੈਂ ਸ਼ਾਮਲ ਆ ਗੰਧਮ ਖੜੋਤੀ ਆ ਅਗੋਂ ਹਾਲਾਤ ਦੇਖ ਕੇ ਦਿਲ ਨਹੀਂ ਪਿਆ ਕਰਦਾ ਵੀ ਉਹਨੂੰ ਵਢਾਈਏ ਤੇ ਵੜਾ ਕੇ ਮੁੜ ਕੇ ਵੇਚੀਆ ਵੇਚਾਂਗੇ ਕਿੱਥੇ ਉਹਦਾ ਕਿਦਾਂ ਨਿਜ਼ਾਮ ਚਲਾਵਾਂਗੇ ਕੀ ਕਰਾਂਗੇ ਕਿੱਥੇ ਰੱਖਾਂਗੇ ਬਹੁਤ ਸਾਰੇ ਸਵਾਲ ਨੇ ਬਹਰਾਲ ਦੋਸਤੋ ਤੁਸੀਂ ਪਰੇਸ਼ਾਨ ਨਹੀਂ ਹੋਣਾ ਹੌਸਲਾ ਨਹੀਂ ਛੱਡਣਾ ਆਪਾਂ ਬਣੇ ਹੀ ਇਸ ਕਰਕੇ ਆ ਆਪਾਂ ਮਿੱਟੀ ਪਟਣ ਵਾਲੇ ਬੰਦੇ ਆ ਹੱਡੀ ਦੇ ਸਖਤ ਬੰਦੇ ਆ ਆਪਾਂ ਸਖਤ ਜਾਨ ਲੋਗ ਆ ਜ਼ਰੂਰ ਮਜਬੂਰ ਵੀ ਆ ਆਪਾਂ ਤੇ ਪਰੇਸ਼ਾਨ ਵੀ ਆ ਤੇ ਕੁਝ ਬੰਦਿਆਂ ਨੂੰ ਘਰੋਂ ਮਜਬੂਰੀਆਂ ਹੁੰਦੀਆਂ ਨੇ ਰੋਟੀ ਰੋਟੀ ਰੋਜ਼ੀ ਰੋਟੀ ਬੱਚਿਆਂ ਦੀ ਫੀਸਾਂ ਕੋਈ دیگر ਮਾਮਲੇ ਤੇ ਕੁਝ ਬੰਦਿਆਂ ਨੂੰ ਬਾਹਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਸਾਰਿਆਂ ਦੇ ਨਾਲ-ਨਾਲ ਹੀ ਹੁੰਦੀਆਂ ਲੇਕਿਨ ਮਜ਼ਬੂਤ ਰਹਿਣਾ ਹੈ ਹਾਲਾਤ ਦਾ ਮੁਕਾਬਲਾ ਕਰਨਾ ਹੈ ਪਰੇਸ਼ਾਨੀ ਨਹੀਂ ਲੈਣੀ ਇਨਸ਼ਾਅੱਲਾ ਮੈਨੂੰ ਪਤਾ ਹੈ ਦੂਜੀ ਤੀਜੀ ਫਸਲ ਮੁਸلسل ਆ ਰਹੀ ਹੈ ਜਿਹੜੀ ਤੁਹਾਨੂੰ ਬਹੁਤ ਬੁਰੀ ਤਰ੍ਹਾਂ ਹਿੱਟ ਕਰ ਰਹੀ ਹੈ ਹਕੀਕਤ ਬਾਤ ਇਹ ਹੈ ਕਿ ਬੜੇ ਪਤਾ ਨਹੀਂ ਜ਼ਿੰਮੇਵਾਰ ਦੇ ਬਾਰੇ ਲੋਕ ਕੀ ਸੋਚਦੇ ਹੁਣ ਮੈਨੂੰ ਤਾਂ ਇਹ ਪਤਾ ਹੈ ਮੈਂ ਜ਼ਿੰਮੇਵਾਰ ਕਰਾਣੇ ਦੇ ਵਿੱਚ ਜਮਿਆਂ ਪਲਿਆ ਦਾਦੇ ਪੜਦਾਦੇ ਤੋਂ ਜਦੀ ਪੁਸ਼ਤੀ ਮੇਰਾ ਕੰਮ ਆ ਤੇ ਮੈਂ ਇਹਨੂੰ ਇਸ ਗੱਲ ਦਾ ਕਨਫਰਮ ਪਤਾਇਆ ਕਿ ਸਾਡੇ ਕੋਲ 1 ਸਾਲ ਦਾ ਕਈਆਂ ਕੋਲ ਅਕਸਰiyet ਕੋਲ ਉਹ ਵੀ ਨਹੀਂ ਹੁੰਦਾ ਚਾਰਾਂ ਨੇ ਕੋਲ ਸਾਡੇ ਹੁੰਦੇ ਨੇ ਟਰੈਕਟਰ ਤੇ ਉਜ਼ਾਰ ਜਾਂ ਇਦਾਂ ਦੀਆਂ ਛਾਵਾਂ ਸਾਡੀਆਂ ਕਿਸ਼ਤਾਨੀਆਂ ਹੁੰਦੀਆਂ ਜ਼ਮੀਨ ਸਾਡੀ ਰੈਂਟ ਦੀ ਹੁੰਦੀ ਆ ਭੋਰਾ ਕਿ ਜਿੰਨੀ ਸਾਡੀ ਆਪਣੀ ਹੁੰਦੀ ਆ ਉਹੋ ਹੀ ਫਸਲ ਜੇ ਤੇ ਖਰਚਾ ਕਰ ਰਹੇ ਆ ਉਹਦੇ ਤੇ ਅਸੀਂ ਖਰਚਾ ਕਰ ਰਹੇ ਹੁੰਨੇ ਆ ਉਹਦੇ ਵਿੱਚ ਵੀ ਅਧੀਆਂ ਛਾਵਾਂ ਅਸੀਂ ਆਧਾਰ ਫੜੀਆਂ ਹੁੰਦੀਆਂ ਆ ਜਿਹਦੇ ਕੋਲ ਉਹ ਅਧਾਰ ਚੁੱਕਦੇ ਆ ਬਾਅਦ ਦੇ ਵਿੱਚ ਸਾਡੇ ذہن ਚ ਇਹ ਹੁੰਦਾ ਵੀ ਅੱਲਾਹ ਕਰੇ ਸਾਨੂੰ ਇਹ ਪੁੱਛਿਆ ਹੀ ਨਾ ਜੇ ਪੁੱਛੇ ਤੇ ਸੀਜ਼ਨ ਤੇ ਪੁੱਛੇ ਇਸ ਤਰ੍ਹਾਂ ਦਾ ਸਾਡਾ ਨਿਜ਼ਾਮ ਹੁੰਦਾ ਜਾਂ ਟਾਈਮ ਹੁੰਦਾ ਜਾਂ ਤੁਸੀਂ ਅਗਰ ਗੰਧਮ ਜਿੰਨੀ ਕਿਸੇ ਕੋ ਗੁੰਜਾਇਸ਼ ਆ ਥੋੜੀ-ਬਹੁਤੀ ਆਪਦੇ ਘਰੇ ਗੱਟੂ ਮਿਲ ਜਾਂਦਾ ਮਾਰਕੀਟ ਚ 8-10 ਰੁਪਏ ਬਾਦਨਾ ਤੇ 20 ਰੁਪਏ 25 ਰੁਪਏ 37 ਰੁਪਏ 40 ਰੁਪਏ ਤੱਕ ਗੱਟੂ ਮਿਲਦਾ ਗੱਟੂ ਦੀ ਅਲੱਗ-ਅਲੱਗ ਕੁਆਲਿਟੀ ਹੁੰਦੀ ਹੈ ਅਲੱਗ-ਅਲੱਗ ਸਾਈਜ਼ ਦੇ ਹੁੰਦੇ ਨੇ ਤੁਸੀਂ ਮਾਰਕੀਟ ਤੋਂ ਵਿੱਚੋਂ ਚੰਦ ਗੱਟੂ ਖਰੀਦੋ 8-10 ਰੁਪਏ ਤੁਹਾਡੀ ਜਿਹੜੀ ਉਹਦੇ ਤੇ ਖਰਚਾ ਆਊਗਾ ਉਹਨੂੰ ਥੋੜੀ-ਬੋਤੀ ਟਰਾਲੀ ਸਿੱਟੋ ਤੇ ਘਰੇ ਲੈ ਜਾਓ ਕਿਤੇ ਜਗ੍ਹਾ ਦੇ ਬਰਗਰਾਜ ਦੇ ਵਿੱਚ ਲਾ ਦਿਓ ਜਾਂ ਕਿਸੇ ਕਮਰੇ 'ਚ ਲਾ ਦਿਓ ਗੰਧਮ ਛੇਤੀ ਖਰਾਬ ਨਹੀਂ ਹੁੰਦੀ ਹੁੰਦੀ ਉਹਨੂੰ ਆਇਸਤਾ ਦਾਣੀ ਥੋੜੇ ਦਿਨ ਠਹਿਰ ਕੇ ਇੰਤਜ਼ਾਰ ਕਰਕੇ ਫਿਰ ਜੇ ਅੱਛਾ ਰੇਟ ਮਿਲੇ ਤੇ ਫਿਰ ਸੇਲ ਕਰ ਲੈਣਾ ਵਰਨਾ ਜਿਹੜਾ ਰੇਟ ਹੁਣ ਮਿਲੇਗਾ ਬਾਅਦ ਦੇ ਵਿੱਚ ਵੀ ਇਹ ਮੇਲੀ ਜਾਊਗਾ ਏਡਾ ਕਾਲ ਨਹੀਂ ਪੈਣ ਲੱਗਾ ਦੂਜੀ ਗੱਲ ਥੋੜੀ-ਬੋਤੀ ਵਿੱਚੋਂ ਵੇਚ ਲਓ ਥੋੜੀ-ਬੋਤੀ ਰੱਖ ਲਵੋ ਸਾਰੀ ਰੱਖਣ ਰਾਹ ਮਿਲ ਕੇ ਕੰਮ ਚੱਲ ਜਾਏਗਾ ਅਗਲੀ ਗੱਲ ਇਹ ਆ ਵੀ ਬੰਦੇ ਕਹਿ ਦਿੰਦੇ ਆ ਵੀ ਜਿਹੜੇ ਬੰਦੇ ਜ਼ਿੰਮੇਦਾਰ ਜਿਹੜੇ ਪਾਸੇ ਹੁੰਦੇ ਇੱਕੋ ਪਾਸੇ ਹੋ ਜਾਂਦੇ ਬਕਾਇਆ ਕੰਮ ਨਹੀਂ ਕਰਦੇ ਉਹ ਮੀਆਂ ਬੰਦੇ ਖੁਦਾ ਦੇ ਹੋ ਹੁਣ ਗਾ ਤੇਲ ਲੱਗਣਾ ਜਾਂ ਮੂੰਜੀ ਲਗਣੀ ਆ ਉਹ ਬੰਦੇ ਤੇਲ ਮਗਰ ਏਦਾਂ ਹੋ ਗਏ ਨੇ ਕਿ ਜਿਹਦਾ ਹਿਸਾਬ ਕੋਈ ਨਹੀਂ ਹੁਣ ਮੈਨੂੰ ਦੱਸੋ ਜੇ ਤੇਲ ਦੀ ਤੇਲ ਵੱਧ ਗਿਆ ਇੰਨਾ ਜ਼ਿਆਦਾ ਹੋ ਗਿਆ ਉਹ ਤੇਲ ਕਿਧਰ ਨੂੰ ਜਾਊਗਾ ਦੂਜੀ ਗੱਲ ਤੇਲ ਜਿਹੜਾ ਆ ਇਹ ਲੈਣਾ ਹੁਣ ਹੁੰਦਾ ਸਿਰਫ ਚੈਨਾ ਨਹੀਂ ਜ਼ਿਆਦਾ ਇਹਨਾਂ ਕੋਲੋਂ ਉਹਦੇ ਕੋਲ ਹੀ ਖੱਪਤ ਜ਼ਿਆਦੀ ਹੈ ਜੇ ਉਹ ਹੱਥ ਖੜੇ ਕਰ ਗਿਆ ਤੇ ਤੇਲ ਤੁਹਾਡਾ ਕਿਸੇ ਨਹੀਂ ਲੈਣਾ ਇਹ ਬਹੁਤੀ ਦੋ ਬੋ ਜੀ ਗਚਕ ਦੇ ਉੱਤੇ ਲਾਉਂਦੇ ਨੇ ਉਹ ਗਚਕ ਜਿਹੜੀ ਨਹੀਂ ਨਿਆਣਿਆਂ ਦੀ ਗਚਕ ਜਈ ਉਹ ਮਿਲਦੀ ਉਹਦੇ ਬਾਹਰ ਲੱਗਾ ਹੁੰਦਾ ਹੈ ਤੇ ਜਾਂ ਉਹ ਲੱਗਾ ਹੁੰਦਾ ਉਹਦੇ ਉੱਤੇ ਪੇੜਿਆਂ ਦੇ ਉੱਤੇ ਉਹ ਪੇੜਿਆਂ ਤੇ ਤੇ ਗਚਕ ਤੇ ਕਿੰਨਾ ਕੁ ਲਾ ਲੈਣਗੇ ਅਕਲ ਮਦੀਨਾ ਫੈਸਲਾ ਕਰਿਓ ਸਾਰੇ ਬੰਦੇ ਸਮਝਦਾਰੀ ਨਾਲ ਜੇ ਕਿਸੇ ਬੰਦੇ ਕੋਲ 6 ਕਿਲੇ ਆ 3 ਕਿਲੇ ਤਿਲਾ ਦੇ ਕਰਿਓ ਤੇ 3 ਕਿਲੇ ਝੋਨੇ ਦੇ ਕਰਿਆ ਜੇ ਇੱਕੋ ਛੇ ਮਗਰ ਨਾ ਲੱਗ ਜਿਓ ਇੰਨੇ ਤਾਂ ਰੜੀ ਨਿਕਲ ਜਾਏਗੀ ਮੈਂ ਤੁਹਾਨੂੰ ਦੱਸ ਦਿਆਂ। ਇੱਥੇ ਮੈਨੂੰ ਇੱਕ ਗੱਲ ਯਾਦ ਆ ਗਈ ਸਿਆਣੇ ਬੰਦੇਓ ਥੱਲੇ ਮੈਨੂੰ ਜਵਾਬ ਦੇ ਕੇ ਜਾਇਆ ਜੀ। ਜ਼ਮੀਨ ਕਾਸ਼ਤ ਹੋਣ ਵਾਲੀ ਅੱਗੇ ਨਾਲੋਂ ਕਟਈਏ। ਕਟਈ ਹੈ ਜਾਂ ਨਹੀਂ ਕਟਈ? ਜੇ ਨਹੀਂ ਕਟਈ ਤੇ ਤਾਂ ਦੱਸੋ ਵੀ ਕਿੱਦਾਂ ਨਹੀਂ ਕਟਈ? ਮੈਂ ਦੱਸਦਾ ਵੀ ਕਿੱਦਾਂ ਕਟਈ। ਜ਼ਿਲ੍ਹਾ ਵਿਆੜੀ ਦੇ ਅੰਦਰ ਅੰਦਰ ਹੀ ਕਈ 100 ਏਕੜ ਦੇ ਉੱਤੇ ਨਵੀਆਂ ਕਲੋਨੀਆਂ ਕੱਟ ਹੋਈਆਂ ਨੇ। ਔਰ ਇੱਕ ਏਕੜ ਨਵਾਂ ਆਬਾਦ ਨਹੀਂ ਹੋਇਆ। ਠੀਕ ਹੈ ਜੀ। ਗੰਦਮ ਜਾਂ ਕੋਈ ਵੀ ਫਸਲ ਆ ਆਖਰ ਪਹਿਲੇ ਵੀ ਤਾਂ ਫਸਲਾਂ ਆਪਾਂ ਲਾਉਂਦੇ ਸੀ ਨਾ ਜ਼ਮੀਨ ਕਾਸ਼ਤ ਹੋਣ ਵਾਲੀ ਘਟ ਗਈ ਏ ਖਾਣ ਵਾਲੇ ਵਧ ਗਏ ਨੇ ਦੁਨੀਆ ਵਧ ਗਈ ਆ ਸ਼ਹਿਰ ਦੇ ਵਿੱਚ ਜਿੰਨੀਆਂ ਨਵੀਆਂ ਕਲੋਨੀਆਂ ਕੱਟੀਆਂ ਸਾਰੀ ਕੋਠੇ ਮਕਾਨ ਬਣਾ ਕੇ ਦੁਨੀਆ ਵਧ ਗਈ ਏ ਪਿੰਡਾਂ ਦੇ ਲੋਕ ਪਿੰਡ 'ਚ ਹੀ ਹਲੇ ਬੈਠੇ ਨੇ ਉਹ ਸਮਝ ਨਹੀਂ ਆਉਂਦੀ ਉਹ ਲੋਕ ਕਿੱਥੋਂ ਆ ਗਏ ਜਨਰੇਸ਼ਨ ਅੱਗੇ ਤੋਂ ਅੱਗੇ ਪਦਾਇਸ਼ ਤੇ ਅੱਗਾ ਨਿਜ਼ਾਮ ਕੁਦਰਤੀ ਨਿਜ਼ਾਮ ਆ ਆਵਾਮ ਦੁਨੀਆ ਵਧਦੀ ਜਾ ਰਹੀ ਏ ਬਹੁਤ ਸਪੀਡ ਨਾਲ ਧੜਾ ਧੜ ਲੱਗੀ ਖੜੀ ਜਾਵਾ ਤੇ ਪਿੱਛੋਂ ਕਾਸ਼ ਤੇ ਜਿਹੜੀ ਤਰਕਬੇ ਹੋ ਰਹੇ ਨੇ ਉਹ ਉਹਨੇ ਦੇ ਹੁੰਨੇ ਆ ਮੇਰੀ ਸਮਝ ਅੱਜ ਤੱਕ ਇਹ ਗੱਲ ਨਹੀਂ ਆਈ ਜੇ ਤੁਹਾਡੀ ਵੀ ਪਤਾ ਨਹੀਂ ਤੁਸੀਂ ਇਸ ਗੱਲ ਨੂੰ ਕਦੀ ਸੋਚਿਆ ਕਿ ਨਹੀਂ ਸੋਚਿਆ ਕਿ ਜਿਹੜੀ ਚੀਜ਼ ਨਹੀਂ ਵਿਕਦੀ ਪਈ ਜਾਂ ਜਿਹੜੀ ਚੀਜ਼ ਦੀ ਮਾਰਕੀਟ 'ਚ ਜ਼ਰੂਰਤ ਖਤਮ ਹੋ ਗਈ ਆ ਉਹ ਕਿਉਂ ਖਤਮ ਹੁੰਦੀ ਪਈ ਆ ਆਖਰ ਮੱਕਈ ਕਣਕ ਜੋ ਵੀ ਸੀ ਇਹ ਪਹਿਲੇ ਵੀ ਤਾਂ ਗੜਿੰਦਾ ਹੀ ਆ ਨਾ ਤੇ ਹਰ ਵਾਰੀ ਇਹ ਕੰਮ ਹੁੰਦਾ ਹੈ ਦੋਸਤੋ ਇਹ ਸਭ ਤੋਂ ਵੱਡੀ ਵਜ੍ਹਾ ਇਹ ਹੈ ਪੁਲਿਸੀਆਂ ਗਵਰਨਮੈਂਟ ਦੀ ਕੋਈ ਪਾਲਿਸੀ ਤੁਹਾਡੇ ਵਾਸਤੇ ਹੈ ਹੀ ਨਹੀਂ ਕੋਈ ਗਵਰਨਮੈਂਟ ਦਾ ਅਦਾਰਾ ਜਿਹੜਾ ਤੁਹਾਡੇ ਵਾਸਤੇ ਬਣਾਇਆ ਗਿਆ ਵਾ ਉਹ ਜੈਨੂਨ ਹੋ ਕੇ ਤੁਹਾਡੇ ਵਾਸਤੇ ਕੰਮ ਨਹੀਂ ਕਰ ਰਿਹਾ ਫੇਅਰ ਹੋ ਕੇ ਕੰਮ ਨਹੀਂ ਕਰ ਰਿਹਾ ਮਾਸ਼ਾਅੱਲਾ ਇਸ ਟਾਈਮ ਤੁਸੀਂ ਕਿਸੇ ਵੀ ਸਰਕਾਰੀ ਗੈਰ ਸਰਕਾਰੀ ਅਦਾਰੇ ਚਲੇ ਜਾਓ ਰਿਸ਼ਵਤ ਤਾਂ ਫਿਰ ਸਵਾਬ ਸਮਝ ਕੇ ਲਈ ਜਾਂਦੇ ਹੀ ਹੈ ਨਾ ਉਸ ਤੋਂ ਬਗੈਰ ਤਾਂ ਕੰਮ ਹੋ ਨਹੀਂ ਸਕਦਾ ਤੁਸੀਂ ਕਿਸੇ ਥੜੇ ਤੇ ਵੀ ਨਹੀਂ ਚੜ ਸਕਦੇ ਤੁਸੀਂ ਸਰਕਾਰੀ ਖਾਸ ਤੌਰ ਤੇ ਸਰਕਾਰੀ ਜਿਹੜਾ ਹੈ ਜਾਂ ਗੈਰ ਸਰਕਾਰੀ ਆ ਉਹਦੀ ਪਾਰਕਿੰਗ 'ਚ ਵੀ ਤੁਸੀਂ ਜਿਹੜਾ ਨਾ ਜੀ ਜਿਹੜੀ ਫ੍ਰੀ ਪਾਰਕਿੰਗ ਆ ਨਾ ਉਹਦੇ ਵਿੱਚ ਵੀ ਤੁਸੀਂ ਜੇ ਗਾਰਡ ਨੂੰ 100 ਪਜਾ ਨਹੀਂ ਦਿੰਦੇ ਨਾ ਤੇ ਉਹ ਤੁਹਾਡੀ ਸਕੂਟਰ ਉੱਥੇ ਖੜੀ ਕਰਵਾਉਂਦਾ ਜਿੱਥੇ ਕੋਈ ਲੰਗਦਾ ਟੱਪਦਾ ਸਕੂਟਰ ਤੁਹਾਡੇ ਟੈਂਕੀ 'ਚ ਤੁਹਾਡੀ ਬੱਤੀ 'ਚ ਧੜੇ ਇਸ਼ਾਰੇ ਝੜਾ ਆ ਕੇ ਤੇ ਭੰਨ ਤੋੜ ਜਾਵੇ ਤੁਸੀਂ ਉਹਨੂੰ ਵੀ ਲੰਗਦੇ ਟੱਪਦੇ 100 ਦੀ ਮੁਠੀ 'ਚ ਦਖੋਗੇ ਤਾਂ ਹੀ ਤੁਹਾਡੀ ਮੋਟਰਸਾਈਕਲ ਛਾਵੇਂ ਲੱਗੂਗੀ ਜਾਂ ਗੱਡੀ ਛਾਵੇਂ ਲੱਗੂਗੀ ਤੇ ਅੱਗੇ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਥੇ ਤੱਕ ਰਿਸ਼ਵਤ ਦਾ ਲੈਵਲ ਹੋਊਗਾ ਬਰਹਾ ਮੇਰੀ ਸਮਝ ਦੇ ਵਿੱਚ ਜਿਹੜੇ ਗਵਰਨਮੈਂਟ ਦੇ ਅਫੀਸਰ ਨੇ ਜਾਂ ਗਵਰਨਮੈਂਟ ਦੇ ادارے ਨੇ ਜਿਹੜੇ ਜ਼ਰੇਈ ਕਾਸ਼ਤਕਾਰ ਖਾਣਾ ਵਾਸਤੇ ਕੰਮ ਕਰਦੇ ਹਨ ਇਹਨਾਂ ਨੂੰ ਕਟੋ-ਕਟ ਵੀ 8-10 ਕਿੱਲੇ ਜਿਹੜੇ ਆ ਨਾ ਉਹ ਠੇਕੇ ਤੇ ਪਹਿਲੇ ਦਿੱਤੇ ਜਾਣ ਜੇ ਜ਼ਮੀਨ ਲੈ ਕੇ ਦਿੱਤੀ ਜਾਵੇ 1 ਸਾਲ ਦਾ ਇਹਨਾਂ ਦੇ ਬੱਚਿਆਂ ਨੂੰ ਖਰਚਾ ਦਿੱਤਾ ਜਾਵੇ ਤੇ ਇੱਕ ਹੀ ਸਾਲ ਦਾ ਉਹਨਾਂ 10 ਕਿੱਲਿਆਂ ਵਾਸਤੇ ਖਰਚਾ ਦਿੱਤਾ ਜਾਵੇ ਇਹ ਪਹਿਲੇ ਕਰਨ ਖੇਤੀ ਇਹ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗੇ ਗਰਾਊਂਡ ਦੀ ਰਿਐਲਿਟੀ ਦਾ ਪਤਾ ਲੱਗੇ ਕਿ ਜ਼ਮੀਨ ਦੇ ਉੱਤੇ ਜਿਹੜਾ ਕਿਸਾਨ ਨੂੰ ਸਮਝਦੇ ਆ ਵੀ ਕਿਸਾਨ ਖਰੇ ਡਾਊਨ ਆ ਯਾ ਇਹ ਵੱਡੇ-ਵੱਡੇ ਟੈਰਾਂ ਵਾਲੇ ਟਰੈਕਟਰ ਲਈ ਫਿਰਦਾ ਇਹ ਖਰੇ ਬਾਦਸ਼ਾਹ ਆ ਉਹ ਭਾਈ ਇਹ ਬਾਦਸ਼ਾਹ ਵਿਚਾਰਾ ਇੱਥੇ ਆਪਦੀ ਫੀਲਡ 'ਚ ਤੇ ਆਪਣੇ ਘਰੇ ਹੀ ਹੁੰਦਾ ਆ ਬਾਕੀ ਇਹ ਬਾਕੀ ਹਰ ਕੰਮ ਦੇ ਬਾਦਸ਼ਾਹ ਤੁਸੀਂ ਹੀ ਹੋ ਕਿਉਂਕਿ ਤੁਸੀਂ ਬਾਦਸ਼ਾਹ ਹੋ ਤੇ ਤੁਸੀਂ ਇਸ ਤਰੀਕੇ ਬੈਠ ਕੇ ਸਾ ਨਾਲ ਗੱਲ ਕਰਦੇ ਹੋ ਨਾ ਇੱਥੇ ਗਰਦਨ ਰੱਖ ਕੇ ਤੇ ਇਹ ਵਿਚਾਰਾ ਇਸ ਤਰੀਕੇ ਤੁਹਾਡਾ ਨੌਕਰ ਹੈ ਤੇ ਇਸ ਤਰੀਕੇ ਬੈਠਾ ਨਾ ਹਕੀਕਤ ਗੱਲ ਇਹ ਹੈ ਵੀ ਕਿਸਾਨ ਵਿਚਾਰਾ ਤੁਹਾਡੀ ਨੌਕਰੀ ਕਰ ਰਿਹਾ ਹਰ ਬੰਦੇ ਦੀ ਜਿਹੜੇ ਚੰਦ ਜ਼ਿੰਮੇਦਾਰ ਬੰਦੇ ਨੇ ਨਾ ਹੱਥ ਨਾਲ ਮਿੱਟੀ ਪੱਟਣ ਵਾਲੇ ਨੇ ਜਾਂ ਬੇਸ਼ੱਕ ਕੋ ਪੜਿਆ ਲਿਖਿਆ ਬੰਦਾ ਚੌਧਰੀ ਬਣ ਕੇ ਉੱਤੇ ਕਰਵਾ ਰਿਹਾ ਲੇਕਿਨ ਉਹ ਵੀ ਤਾਂ ਫਾਰਮਰ ਹੀ ਹੈ ਨਾ ਉਹ ਉਹ ਵੀ ਆਪਣੇ ਦਿਮਾਗ ਤੇ ਕੰਮ ਲੈ ਰਿਹਾ ਨਾ ਤੇ ਜ਼ਾਹਰੀ ਬਾਤ ਹੈ ਅਗਰ ਹੁਣ ਉਹਨੇ ਕਹੀ ਤਾਂ ਨਹੀਂ ਭਣਨੀ ਅਗਰ ਕੋ ਚੌਧਰੀ ਬਣ ਗਿਆ ਤਾਂ ਲੇਕਿਨ ਫਿਰ ਵੀ ਉਹ ਹੈ ਤਾਂ ਫਾਰਮਰ ਹੀ ਨਾ ਇਹ ਬੰਦੇ ਬਾਕੀ ਸਾਰਿਆਂ ਦੇ ਸਾਰਿਆਂ ਦੇ ਹਕੀਕਤ ਪੁੱਛੋ ਤੇ ਮੁਲਾਜ਼ਮ ਨੇ ਸਾਨੂੰ ਤਾਂ ਇਹ ادارے ਆ ਨੇ ਉਲਟਾ ਖਾਸ ਤੌਰ ਤੇ ਜਾਂ ਦੂਸਰੇ ਜਿਹੜੇ ਅ ਇਨਵੈਸਟਰ ਟਾਈਪ ਲੋਕ ਨੇ ਜਾਂ ਮਿਡਲ ਮੈਨ ਜਿਹੜਾ ਵਿੱਚ ਸਾਡੇ ਕੋਲੋਂ ਲੈ ਕੇ ਚੀਜ਼ ਪੈਸੇ ਪੂਸੇ ਕਮਾਉਂਦਾ ਉਹਨੇ ਸਾਨੂੰ ਰੱਖਿਆ ਮੁਲਾਜ਼ਮ ਅਸੀਂ ਉਹਦੇ ਚੂੜੇ ਆ ਸਹੀ ਪੁੱਛੋ ਤਾਂ ਜਾਂ ਅਸੀਂ ਉਹਦੇ ਨਾਹੀਂ ਆ ਕਿਉਂ ਅਸੀਂ ਖੇਤੀ ਕਰਨੀ ਸਵੇਰ ਸ਼ਾਮ ਜ਼ਰੀਲੋ ਖਵਾਰ ਹੋਣਾ ਧੁੱਪ ਅਸੀਂ ਦੇਖਣੀ ਛਾਂ ਅਸੀਂ ਦੇਖਣੀ ਸਪਰੇਅ ਵਾਲੇ ਦੀ ਗੱਲ ਅਸੀਂ ਸੁਣਨੀ ਅਸੀਂ ਉਹਨੂੰ ਸਾਭਜੀ ਕਹਿ ਕੇ ਬੋਲਣਾ ਅਸੀਂ ਹਰ ਬੰਦੇ ਨੂੰ ਸਾਭਜੀ ਕਹਿ ਕੇ ਬੋਲਣਾ ਸਾਡੀ ਫੀਲਡ ਤੇ ਸਾਡੀ ਫੀਲਡ ਤੋਂ ਬਾਹਰ ਹਰ ਬੰਦਾ ਸਾਡੇ ਆਸਤੇ ਸਾਬ ਤੇ ਮੌਤਬਰ ਤੇ ਇੱਜ਼ਤਦਾਰ ਅਸੀਂ ਆਪਣੇ ਆਪ ਨੂੰ ਹਮੇਸ਼ਾ ਗਰੀਬ ਮਸਕੀਨ ਤੇ ਸ਼ਰੀਫ ਆਦਮੀ ਸਮਝਣਾ ਔਰ ਹਾਂ ਵੀ ਠੀਕ ਹੈ ਅਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਅਸੀਂ ਬਿਜਲੀ ਚੋਰੀ ਨਹੀਂ ਕਰਦੇ ਅਸੀਂ ਖਾਦ ਮੁੱਲ ਲਈਨੇ ਸਪਰੇਅ ਮੁੱਲ ਲਈਨੇ ਨਗਦ ਪੈਸਿਆਂ ਲਈ ਆਧਾਰ ਲਈਏ ਸੂਤ ਤੇ ਲਈਏ ਬੈਂਕ ਕੋ ਕਰਜ਼ਾ ਲਈਏ ਜੋ ਕਰੀਏ ਠੀਕ ਹੈ ਜੀ ਅਸੀਂ ਖੇਤੀ ਕਰਨੀ ਪਟਾਉਣੀ ਫਿਰ ਅੱਲਾ ਵਾਹ ਦੇਖਣਾ ਮਾਲਕਾ ਕਰਮ ਕਰੀਏ ਤੇ ਦੇ ਵਿੱਚ ਬਰਕਤ ਪਾਈ ਸਾਨੂੰ ਨਫਾ ਹੋਵੇ ਸਾਨੂੰ ਨੁਕਸਾਨ ਹੋਵੇ ਅਸੀਂ ਸੀ ਨਹੀਂ ਕਰਨੀ ਅਸੀਂ ਚੁੱਪ ਕਰਕੇ ਚੱਕਣੀ ਤੇ ਚੱਕ ਕੇ ਜਾ ਕੇ ਮੰਡੀ ਦੇ ਦੇਣੀ ਸਾਡੇ ਕੋ ਕੁਝ ਮੰਡੀ ਵਾਲੇ ਨੇ ਕਮਾਉਣਾ ਜਿੱਦਾ ਜਿੱਦਾ ਅੱਲਾ ਪਾਕ ਨੇ ਡਿਊਟੀਆਂ ਲਾਈਆਂ ਜਿੱਦਾ ਜਿੱਦਾ ਲੋਕਾਂ ਦੇ ਕੰਮ ਹਿੱਸੇ ਆਏ ਹੋਏ ਨੇ ਅੱਗੇ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕਿੰਨਾ ਕ ਮਨਾਫਾ ਲੈਣਾ ਜਗਾ ਮਨਾਫਾ ਖੋਰੀ ਕਰਨੀ ਉਸ ਤੋਂ ਅੱਗੇ 40 ਹਿੱਸੇ ਚ ਜਾਣੀ ਹੈ ਤੇ 40 ਦੇ 40 ਹਿੱਸੇ ਬੰਦੇ ਨੇ ਪੈਸਾ ਕਮਾਉਣਾ ਤੇ ਜਿਹੜਾ ਜ਼ਿੰਮੇਦਾਰ ਆ ਨਾ ਉਹਨੇ ਦੁਆ ਚੌਹਾਂ ਪੰਜਾਂ ਸੱਤਾਂ ਸਾਲਾਂ ਬਾਅਦ ਜਾ ਕੇ ਨਾ ਜਾਂ ਮੋਟਰਸਾਈਕਲ ਉਹਦੇ ਪੁੱਤਰ ਨੇ ਬਦਲਣਾ ਜਾਂ ਉਹਨੇ ਆਪਣੀ ਧੀ ਦੀ ਤੇ ਮੁੰਡੇ ਦੀ ਇੱਕ ਅੱਦੇ ਦੀ ਵਿੱਚੋਂ ਵਿਆਹ ਕਰਨਾ ਟੁੱਟਾ ਫੁੱਟਾ ਜਿਹਾ ਉਹਦੇ ਵਿੱਚ ਵੀ ਉਹਨੇ 5-7 ਲੱਖ ਆਧਾਰ ਫੜਨਾ ਤੇ ਜਾਂ ਬਹੁਤੀ ਗੱਲ ਹੋਈ ਤੇ ਉਹਨੇ ਟਰੈਕਟਰ ਦੇ ਟਾਇਰ ਨਵੇਂ ਪਵਾ ਲੈਣੇ ਤੇ ਜੇ ਕਦੇ ਬਹੁਤੀ ਫਸਲ ਲੱਗ ਗਈ ਹੈ ਤੇ ਜੱਟ ਨੇ ਤੁਰੀ ਵਾਲੀ ਪੱਗ ਬੰਨ ਕੇ ਨਾ ਤੇ ਅਗਲਾ ਟਰੈਕਟਰ ਵੇਚ ਕੇ ਤੇ ਜਾ ਕੇ ਨਵਾਂ ਲਿਆਉਣ ਹਕੀਕਤ ਗੱਲ ਹਕੀਕਤ ਜਿਹੜੀ ਗਰਾਊਂਡ ਦੀ ਰਿਐਲਿਟੀ ਹੈ ਨਾ ਉਹ ਇਹ ਹੀ ਹੈ ਈ ਵੈਸੇ ਦੁੱਖ ਭਰੀਆਂ ਗੱਲਾਂ ਸੀਗੀਆਂ ਗੱਲ ਫਸਲਾਂ ਦੀ ਸੀ ਤੇ ਗੱਲ ਹੋਰ ਪਾਸੇ ਚਲੀ ਗਈ ਦੋਸਤੋ ਗੱਲ ক্লোਜ਼ ਕਰ ਦਨੇ ਆ ਵੀਡੀਓ ਬਿਲਕੁਲ ਲੰਮੀ ਨਹੀਂ ਕਰਦੇ ਫਿਰ ਕਿਤੇ ਅਗਲੀ ਵੀਡੀਓ ਦੇ ਵਿੱਚ ਫਿਰ ਦੁੱਖ ਸੁੱਖ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਬਹੁਤ ਧਿਆਨ ਨਾਲ ਅچھے ਫੈਸਲੇ ਕਰਨੇ ਨੇ ਅچھے ਤਰੀਕੇ ਨਾਲ ਜਿਹੜਾ ਆ ਉਹ ਜ ਰਾਇਆ ਜਾਂ ਜੋ ਸੌਰੀ ਰਾਇਆ ਕਹਿ ਦਿੱਤਾ ਤੁਸੀਂ ਤੇਲ ਜਾਂ ਮੂੰਗੀ ਜਾਂ ਜੋ ਵੀ ਕਾਸ਼ਤ ਕਰਨਾ ਚਾਹੁੰਦੇ ਉਹ ਤਰੀਕੇ ਨਾਲ ਕਰਨੀ ਹੈ احتیاط ਨਾਲ ਤੇ بجلی ਦੇ ਮਾਮਲੇ 'ਚ ਬਿਜਲੀ ਥੋੜੀ ਮਹਿੰਗੀ ਆ ਅਗਰ ਤੁਹਾਡਾ ਜੁਗਾੜ ਲੱਗਦਾ ਆ 7% ਦੇ ਉੱਤੇ ਬੈਂਕ ਜਿਹੜੇ ਨੇ ਉਹ ਤੁਹਾਨੂੰ ਲੋਨ ਦੇ ਰਹੇ ਨੇ ਸੋਲਰ ਸਿਸਟਮ ਦੇ ਰਹੇ ਨੇ ਬਹੁਤ ਸਾਰੀਆਂ ਸਕੀਮਾਂ ਆਈਆਂ ਹੋਈਆਂ ਤੁਸੀਂ ਅਪਲਾਈ ਕਰ ਸਕਦੇ ਆ ਕਿਸੇ ਵੀ ਕਰੀਬੀ ਬੈਂਕ 'ਚ ਚਲੇ ਜਾਓ ਬਹੁਤ ਸਾਰੇ ਐਮਸੀਓ ਆ ਗੇੜਾ ਦੇ ਦਿੰਦੇ ਨੇ ਤੁਸੀਂ ਗੇੜੇ ਛੇੜੇ 'ਚ ਨਹੀਂ ਆਉਣਾ ਹੈਗਾ ਤੁਸੀਂ ਬਾਇਜ਼ ਦੇ ਤਰੀਕੇ ਦੇ ਨਾਲ ਕਿਤੇ ਅਸੇ ਐਮਸੀਓ ਦੇ ਮੱਥੇ ਲੱਗੋ ਉਹਨੂੰ ਕਹ ਯਾਰ ਜੇ ਦੇ ਸਕਦਾ ਤੇ ਹਾਂ ਕਰਨੀ ਆ ਨਹੀਂ ਦੇ ਸਕਦਾ ਤੇ ਨਾ ਕਰਨੀ ਚੱਕਰ ਨਾ ਦੇਵੇ ਤੁਹਾਨੂੰ ਐਮਸੀਓ ਹੁੰਦੇ ਆ ਧੱਕੇ ਦਿੰਦੇ ਨੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਮਾਮਲੇ ਆ ਹੁੰਦੇ ਨੇ ਜਿਹੜੀਆਂ ਸਕੀਮਾਂ ਛੋਟੀਆਂ ਹੁੰਦੀਆਂ ਨੇ ਇਹ ਸਟੇਟ ਬੈਂਕ ਦੀ ਤਰਫੋਂ ਹੁੰਦੀਆਂ ਨੇ ਜਿਹੜੇ ਥੱਲੇ ਬੈਂਕ ਨੇ ਇਹ ਸਕੀਮਾਂ ਤੁਹਾਨੂੰ ਦੇਣਾ ਨਹੀਂ ਚਾਹੁੰਦੇ ਉਹਦੀ ਜਿਸ ਨੇ ਕਿ ਜਦੋਂ 7% ਜਾਂ 8% ਜਾਂ 5% ਦੀ ਕੋਈ ਸਕੀਮ ਤੁਹਾਨੂੰ ਦਿੱਤੀ ਜਾਂਦੀ ਹੈ ਇਹ ਸਕੀਮ ਸਿਰਫ ਔਰ ਸਿਰਫ ਬੈਂਕ ਨੂੰ 5 ਜਾਂ 7% ਉਸ ਬੈਂਕ ਦਾ ਹੁੰਦਾ ਹੈ ਤੇ ਉਹ 5-7% ਬੈਂਕ ਆਪਣੀ ਤੋਹੀਨ ਸਮਝਦਾ ਉਹ ਸਮਝਦਾ ਵੀ 5-7% ਥੋੜੇ ਪੈਸੇ ਨੇ ਇਹਦੇ ਵਿੱਚ ਮੈਨੂੰ ਕੁਝ ਨਹੀਂ ਬਚਦਾ ਅਲਹਾਜ਼ਾ ਉਹ ਜਾਣ ਵਾਲੇ ਉਥੇ ਕਸਟਮਰ ਨੂੰ ਗੱਲ ਗੋਲ ਕਰਦਾ ਹੈ ਗੋਲ ਕਰਦਾ ਹੈ ਜਾਂ ਤੰਗ ਕਰਦਾ ਹੈ ਇਹ ਮਤਲਬ ਫਾਈਲ ਬਣਵਾਇਗਾ ਇਧਰ ਤੱਕ ਆ ਦੇ ਪਟਵਾਰੀ ਕੋਲ ਦੇ ਉਹਦੀ ਦੂਏ ਦੇ ਸ਼ਡਿਊਲ ਰੇਟ ਲਿਆ ਤੇ ਖਸਰਾ ਗਰਦਾਵਰੀ ਲਿਆ ਹੁਣ ਹੁਣ ਜਨਾਬ ਤੂੰ ਇਹ ਐਸੀ ਸਾਹਿਬ ਦੇ ਸਾਈਨ ਕਰਵਾ ਲਿਆ ਜੀ ਇਹ ਤਹਿਸੀਲਦਾਰ ਦੇ ਕਰਵਾ ਲਿਆ ਸੌਰੀ ਕਦੀ ਪਟਵਾਰੀ ਦੇ ਖਰਾ ਲਿਆ ਫਿਰ ਮੋਹਰ ਕਰਵਾ ਲਿਆ ਫਿਰ ਇਹਦਾ ਉਹ ਜੀ ਉਹ ਬਣਵਾ ਲਾ ਪਤ ਨਹੀਂ ਕੀ ਕੀ ਹੁੰਦੇ ਕਦੀ ਸ਼ਡਿਊਲ ਰੇਟ ਲਿਆ ਮਤਲਬ ਧਿਆਨ ਨੂੰ ਇਨੇ ਨੇ ਧੱਕੇ ਦੇਣਗੇ ਵੀ ਐਂਡ ਤੇ ਤੁਸੀਂ ਉਹਨਾਂ ਦੀ ਕਾਗਜ਼ ਹੀ ਪੂਰੇ ਨਹੀਂ ਕਰ ਸਕੋਗੇ ਹਕੀਕਤ ਜਿਹੜੀ ਗਰਾਊਂਡ ਦੀ ਜਿਹੜੀ ਰਿਐਲਿਟੀ ਹੁੰਦੀ ਆ ਉਹ ਇਹ ਹੁੰਦੀ ਆ ਵੀ ਉਹ ਤੁਹਾਨੂੰ ਦੇਣਾ ਨਹੀਂ ਚਾਹ ਰਹੇ ਹੁੰਦੇ ਉਹਦੀ ਵਜ੍ਹਾ ਇਹ ਹੁੰਦੀ ਆ ਵੀ ਬੈਂਕ ਨਹੀਂ ਦੇਣਾ ਚਾਹ ਰਿਹਾ ਹੁੰਦਾ ਲੇਕਿਨ ਜਿਹੜਾ ਸਟੇਟ ਬੈਂਕ ਉਹ ਦੇਣਾ ਚਾਹ ਰਿਹਾ ਹੁੰਦਾ ਬੈਂਕ ਜ਼ਾਤੀ ਤੌਰ ਤੇ ਨਹੀਂ ਦੇਣਾ ਚਾਹ ਰਿਹਾ ਹੁੰਦਾ ਤੇ ਉਹ ਤੁਹਾਨੂੰ ਨਾ ਵੀ ਨਹੀਂ ਕਰ ਸਕਦਾ ਨਾ ਉਹ ਤੈਨੂੰ ਤਾਂ ਨਹੀਂ ਕਰ ਸਕਦਾ ਵੀ ਤੁਸੀਂ ਜਾ ਕੇ ਸਟੇਟ ਬੈਂਕ ਕੋ ਸ਼ਿਕਾਇਤ ਕਰ ਦਮੋਗੇ ਜਾਂ ਉਹਦੀ ਹੈਲਪ ਲੈਣ ਤੇ ਕਾਲ ਕਰਕੇ ਦੱਸ ਦੇਵੋਗੇ ਕਿਉਂਕਿ ਬੇਸਿਕ ਚੀਜ਼ਾਂ ਦਾ ਬਹੁਤ ਸਾਰੀਆਂ ਸਾਨੂੰ ਰਾਈਟਸ ਜਿਹੜੇ ਸਾਡੇ ਨੇ ਉਹ ਸਾਨੂੰ ਪਤਾ ਹੀ ਨਹੀਂ ਆ ਸਾਨੂੰ ਦੱਸੇ ਹੀ ਨਹੀਂ ਗਏ ਉਹ ਬੈਂਕਾਂ ਦੇ ਮਾਮਲੇ ਜਿਹੜੇ ਨੇ ਉਹ ਤੁਹਾਨੂੰ ਦੱਸੇ ਗਏ ਨੇ ਅਜ ਤੱਕ ਕਿਸੇ ਕਿੰਨੇ ਕ ਦੋਸਤ ਨੇ ਤੁਹਾਡੇ ਚੋਂ ਜਿਨ੍ਹਾਂ ਨੂੰ ਪਤਾ ਬੈਂਕ ਦੇ ਬੈਂਕ ਦੇ ਮਾਮਲਿਆਂ ਦਾ ਜਾਂ ਲੋਨਿੰਗ ਜਿਹੜੀ ਐਮਸੀਓ ਮਾਈਕਰੋ ਫਾਈਨੈਂਸ ਅਫੀਸਰ ਜਿਹਨੂੰ ਕਹਿੰਦੇ ਨੇ ਉਹ ਉਹਨੂੰ ਅਧਿਕਾਰات ਕਿੰਨੇ ਹੁੰਦੇ ਨੇ ਕਿੰਨੇ ਦੋਸਤਾਂ ਨੂੰ ਤੁਹਾਨੂੰ ਪਤਾ ਹੈ ਠੀਕ ਹੈ ਮੈਂ ਕਿਸੇ ਦਿਨ ਇੱਕ ਵੀਡੀਓ ਬਣਾ ਬਣਾ ਦਿਆਂਗਾ ਇਹਦੇ ਉੱਤੇ ਵੀ ਤੁਹਾਨੂੰ ਇਨਸ਼ਾਅੱਲਾ ਮੈਂ ਜਿਹੜੀਆਂ ਚੀਜ਼ਾਂ ਦਾ ਮੈਨੂੰ ਪਤਾ ਕਮਸ ਕਮ ਉਹ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਇਹ ਇਹਨਾਂ ਨੂੰ ਅਧਿਕਾਰات ਕਿੰਨੇ ਹੁੰਦੇ ਨੇ ਇਹ ਤੁਹਾਨੂੰ ਕੀ ਕਹਿ ਰਹੇ ਹੁੰਦੇ ਆ ਬੈਂਕ ਤੇ ਕੀ ਹੁੰਦਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਂ ਤੁਹਾਡੇ ਸਾਹਮਣੇ ਇਨਸ਼ਾਅੱ ਵੀਡੀਓ ਜਿਆਦਾ ਲੰਬੀ ਨਾ ਹੋਵੇ ਤੇ ਇਸ ਗੱਲੋਂ ਤੁਹਾਡੇ ਯੈਸ ਯੈਸ ਤੇ ਪਿਛਲੀ ਵਾਰੀ ਦੇ ਕਮੈਂਟ ਬਹੁਤ ਆਏ ਹੋਏ ਸਨ ਕਿ ਇਹਦੇ ਉੱਤੇ ਗੱਲ ਗਾਹੇ-ਬਗਾਹੇ ਕਰਿਆ ਕਰੋ ਟ੍ਰੈਕਟਰ ਤਾਂ ਤੁਹਾਡੇ ਦੇਖਦੇ ਹੀ ਰਹਿੰਨੇ ਆ ਤੇ ਤੁਸੀਂ ਸਾਨੂੰ ਇਦਾਂ ਦੀਆਂ ਗੱਲਾਂ ਵੀ ਕਰਿਆ ਕਰੋ ਜਿੱਥੇ ਮੈਂ ਰੋਂਗ ਹੋਵਾਂ ਮੇਰੀ ਤੁਸੀਂ ਦਰੁਸਤੀ ਕੀ ਕਰ ਦੇਣੀ ਆ ਮੈਂ ਤੁਹਾਡੇ ਤੋਂ ਛੋਟਾ ਵੀ ਹੋਊਂਗਾ ਕਈਆਂ ਤੋਂ ਤੇ ਦਰੁਸਤੀ ਕੀ ਕਰ ਦੇਣੀ ਆ ਮਤਲਬ ਤੇ ਲੇਕਿਨ ਮੇਰੀ ਇਸਲਾਹ ਵੀ ਕਰ ਸਕਦੇ ਆ ਤੁਸੀਂ ਐਂਡ ਤੇ ਜੈਸ ਲਫਜ਼ਾਂ 'ਚ ਮੈਨੂੰ ਦੱਸ ਵੀ ਸਕਦੇ ਆ ਅਗਰ ਮੈਂ ਕਿਤੇ ਗਲਤ ਹੋਵਾਂ ਕੋਈ ਚੀਜ਼ਾਂ ਮੈਂ ਮੇਰੇ ਕੋਲੋਂ ਤੁਹਾਨੂੰ ਮਿਲ ਜਾਣੀਆਂ ਸਿੱਖਣ ਨੂੰ ਕੁਝ ਮੈਂ ਤੁਹਾਡੇ ਕੋਲੋਂ ਸਿੱ ਤੇ ਕਮੈਂਟ ਕਰਕੇ ਆਪਣੀ ਰਾਏ ਦੇਣੀ ਆ ਕਿ ਇਦਾਂ ਦਾ ਇਹ سلسلہ ਆਪਾਂ ਵੀਡੀਓ ਦਾ ਜਾਰੀ ਰੱਖੀਏ ਤੇ ਜਾਂ ਬਸ ਇਦਾਂ ਹੀ ਕਰੀਏ ਗੋਲ ਮੋਲ ਅੱਲਾ ਦੇ ਵਾਲੇ ਜਿੰਦਾ ਦੇ ਮੇਲੇ ਥੈਂਕਸ ਫॉर ਵਾਚਿੰਗ ਟ੍ਰੈਕਟਰ ਜ਼ੋਨ